ਤਰ੍ਹਾਂ ਜੀ ਸਾਡੇ ਲੁਧਿਆਣੇ ਸ਼ਹਿਰ ਦੇ ਮਸ਼ਹੂਰ ਉਦਯੋਗਪਤੀ ਸਤਪਾਲ SP ਓਸਵਾਲ ਜੀ ਨੂੰ ਇੱਕ ਕਾਲ ਆਈ ਸੀਗੀ। ਉਹ ਉਸ ਕਾਲ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ CBI ਦਾ ਅਧਿਕਾਰੀ ਦੱਸ ਕੇ ਅਤੇ ਉਹਨਾਂ ਨੂੰ ਉਹਨਾਂ 'ਤੇ ਮਨੀ ਲਾਂਡਰਿੰਗ ਦਾ ਕੇਸ ਰਿਪੋਰਟ ਹੋਣ ਦਾ ਕਹਿ ਕੇ ਉਹਨਾਂ ਦੇ ਕੋਲੋਂ ਡਰਾ ਕੇ ਉਹਨਾਂ ਨੂੰ ਡਿਜੀਟਲ ਅਰੈਸਟ ਯਾਨੀ ਡਿਜੀਟਲ ਅਰੈਸਟ ਉਹਨੂੰ ਘਰ ਹੀ ਉਹਨਾਂ ਨੂੰ ਆਪਣੀ ਕਮਾਂਡ ਦੇ ਉੱਤੇ ਉਹਨਾਂ ਨੂੰ ਅਰੈਸਟ ਕਰਕੇ ਅਤੇ ਉਹਨਾਂ ਦੇ ਕੋਲੋਂ ਜਿਹੜਾ ਉਹ ਅਲੱਗ ਅਲੱਗ ਟ੍ਰਾਂਜੈਕਸ਼ਨਾਂ ਕਰਾ ਕੇ ਇੱਕ 29 ਤਰੀਕ ਨੂੰ ਜਿਹੜਾ ਉਹ ਲਗਭਗ 7 ਕਰੋੜ ਰੁਪਈਆ ਉਹਨਾਂ ਨੇ ਟ੍ਰਾਂਸਫਰ ਕਰਵਾ ਲਿਆ ਸੀਗਾ। ਅਤੇ ਜਦੋਂ ਉਹਨਾਂ ਨੇ ਸਾਡੇ ਸੀਨੀਅਰ ਅਫਸਰ ਨੇ ਧਿਆਨ 'ਚ ਲਿਆਂਦਾ ਤਾਂ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੀਆਂ ਹਦਾਇਤਾਂ 'ਤੇ ਅਸੀਂ ਇਮੀਡੀਏਟ FIR ਦਰਜ ਕਰਕੇ I4C MHA ਦੀ ਮਦਦ ਦੇ ਨਾਲ ਅਸੀਂ ਇਮੀਡੀਏਟ ਜਿਹੜਾ 5 ਕਰੋੜ 25 ਲੱਖ ਰੁਪਏ ਅਸੀਂ ਫਰੀਜ਼ ਕਰਾਉਣ ਦੇ ਵਿੱਚ ਵੀ ਸਾਨੂੰ ਸਫਲਤਾ ਮਿਲ ਗਈ ਸੀ ਅਤੇ ਇਮੀਡੀਏਟ ਅਸੀਂ ਵਿਦਇਨ 48 ਆਵਰਸ ਅਸੀਂ ਉਦੋਂ ਹੀ ਜਿਹੜੇ ਆ ਦੋਸ਼ੀਆਂ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਸਾਨੂੰ ਟਰੇਸ ਹੋ ਗਏ ਸੀ। ਅਤੇ ਇਹਦੇ ਲਈ ਅਸੀਂ ਵੱਖ ਵੱਖ ਟੀਮਾਂ ਬਣਾ ਕੇ ਵੈਸਟ ਇਹ ਜਿਹੜੇ ਦੋਸ਼ੀ ਆ ਇਹ ਵੈਸਟ ਬੰਗਾਲ ਅਤੇ ਆਸਾਮ ਗੁਹਾਟੀ ਦੇ ਨਾਲ ਸੰਬੰਧਿਤ ਸੀਗੇ ਅਤੇ ਅਸੀਂ ਜਿਹੜੀਆਂ ਆਪਣੀ ਟੀਮਾਂ ਬਣਾ ਕੇ ਜਿਹੜੀ ਅਸੀਂ ਸੀਨੀਅਰ ਅਫਸਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਟੀਮ ਬਣਾ ਕੇ ਜਿਹੜੀ ਵੈਸਟ ਆਪਣੀ ਆਸਾਮ ਗੁਹਾਟੀ ਗਈ ਸੀ ਉਹਦੇ 'ਚ ਸਾਨੂੰ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਵੀ ਸਫਲਤਾ ਮਿਲੀ ਹੈ ਅਤੇ ਇਸ ਤੋਂ ਇਲਾਵਾ ਸਾਨੂੰ ਜਿਹੜੇ ਅਸੀਂ 7 ਦੋਸ਼ੀ ਆ ਜਿਹੜੇ ਹੋਰ ਨੋਮੀਨੇਟ ਕੀਤੇ ਆ ਅਤੇ ਉਹਦੇ ਲਈ ਅਸੀਂ ਆਪਣਾ ਜਿਹੜਾ ਆਪਣੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਉਹਨਾਂ ਨੂੰ ਗੁਹਾਟੀ ਤੋਂ ਅਤੇ ਜਿਹੜਾ ਅਸੀਂ ਪੱਛਮੀ ਬੰਗਾਲ ਤੋਂ ਵੈਸਟ ਬੰਗਾਲ ਤੋਂ ਜਿਹੜਾ ਅਸੀਂ ਉਹਨੂੰ ਗ੍ਰਿਫਤਾਰ ਕਰਨ ਦੇ ਜਿਹੜੇ ਯਤਨ ਕਰ ਰਹੇ ਹਾਂ ਅਤੇ ਜਲਦੀ ਗ੍ਰਿਫਤਾਰ ਕਰ ਲਾਂਗੇ। ਸਰ ਇਹ ਪਤਾ ਲੱਗ ਪਿਆ ਕਿ ਜਿਹੜੀਆਂ ਡਿਟੇਲ ਸਾਰੀ ਇਕੱਠੀ ਕੀਤੀ ਆ ਉਹਨਾਂ ਦਾ ਟਾਈਅਪ ਕੀਤਾ ਕਿਸੇ ਕਿਨਾਂ ਮਤਲਬ ਕਿ ਸਾਰਾ ਤਰੀਕਾ ਹੋਇਆ ਜਾਂ ਇਹ ਦੇਖੋ ਜੀ ਇਹ ਜਿਹੜੇ ਸਾਈਬਰ ਠੱਗ ਨੇ ਇਹਨਾਂ ਦਾ ਨਾ ਜਿੰਨੀ ਇਹ ਇੱਕ ਰੈਕਟ 'ਚ ਇੱਕ ਗੈਂਗ 'ਚ ਕੰਮ ਕਰਦੇ ਨੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਪ੍ਰੈਸ ਨੋਟ ਦੇ ਵਿੱਚ ਵੀ ਦੱਸਿਆ ਗਿਆ ਇੰਟਰਸਟੇਟ ਗੈਂਗ ਹੈ। ਹਰੇਕ ਵਿਅਕਤੀ ਦਾ ਆਪਣਾ ਇੱਕ ਰੋਲ ਹੁੰਦਾ ਉਸ ਟੀਮ ਦੇ ਵਿੱਚ, ਕਿਸੇ ਦਾ ਫਾਈਨੈਂਸ਼ੀਅਲ ਦਾ ਹੁੰਦਾ, ਕਿਸੇ ਦਾ ਅਕਾਊਂਟ ਹੋਲਡਿੰਗ ਨੂੰ ਮੈਨੇਜ ਕਰਨਾ ਹੁੰਦਾ, ਕਿਸੇ ਨੇ ਕਾਲ ਕਰਨੀ ਹੁੰਦੀ ਹੈ। ਅਤੇ ਇਹਦੇ ਵਿੱਚ ਅਸੀਂ ਦੇਖੋ ਸਾਰੀਆਂ ਜਿਹੜੀਆਂ ਸਾਰੇ ਜਿਹੜੇ ਪਿਕਚਰ ਦਾ ਸਾਨੂੰ ਕਲੀਅਰ ਹੋ ਗਈ ਹੈ ਅਤੇ ਅਸੀਂ ਉਦੋਂ ਜਿਹੜਾ ਹੁਣ ਅੱਗੇ ਜਿਹੜੇ ਅਸੀਂ ਬੰਦੇ ਨੋਮੀਨੇਟ ਕੀਤੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਵੇਂ ਹੀ ਉਹਨਾਂ ਨੂੰ ਇੰਟਰੋਗੇਸ਼ਨ ਦੇ ਵਿੱਚ ਜੋ ਸਾਰੀਆਂ ਜਿਹੜੀਆਂ ਇਹ ਗੱਲਾਂ ਕਲੀਅਰ ਹੋ ਜਾਣਗੀਆਂ ਵੀ ਕਿਹੜੇ ਵਿਅਕਤੀ ਦਾ ਅੱਗੋਂ ਕੀ ਰੋਲ ਸੀਗਾ। ਨਹੀਂ ਜੀ, ਉਹਨਾਂ ਨੂੰ ਵਟਸਐਪ ਰਾਹੀਂ ਉਹਨਾਂ ਨਾਲ ਸੰਪਰਕ ਹੋਇਆ ਸੀਗਾ ਅਤੇ ਉਹਨਾਂ ਨੂੰ ਯਕੀਨ ਦਿਵਾਉਣ ਦੇ ਲਈ ਨਾ ਉਹਨਾਂ ਨੂੰ ਇੱਕ ਜਿਹੜਾ ਫਰਜ਼ੀ ਅਧਿਕਾਰੀ ਬਣਿਆ ਸੀਗਾ ਉਹਨੇ ਸਕਾਈਪ ਰਾਹੀਂ ਵੀਡੀਓ ਕਾਲ ਵੀ ਕੀਤੀ ਸੀਗੀ ਓਸਵਾਲ ਸਾਹਿਬ ਨੂੰ ਅਤੇ ਜਿਹਦੇ ਕਰਕੇ ਜਿਹੜਾ ਉਹ ਉਹਨਾਂ 'ਤੇ ਜਲਦੀ ਯਕੀਨ ਕਰ ਲਿਆ ਜਾਂ ਉਹਨਾਂ ਨੂੰ ਇੱਕ ਫਰਜ਼ੀ ਲੈਟਰ ਤਿਆਰ ਕਰਕੇ ਉਹਨਾਂ ਨੂੰ ਇੱਕ ਅਰੈਸਟ ਵਾਰੰਟ ਭੇਜ ਦਿੱਤਾ ਜਿਹਦੇ ਤੋਂ ਮਤਲਬ ਜਿਹੜੇ ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਆ ਜੀ ਹਜੇ ਤੱਕ ਉਹੀ ਇਹੀ ਸਾਹਮਣੇ ਆਇਆ ਵੀ ਉਹ ਤਾਂ ਇੱਕ ਮਿਡਲ ਕਲਾਸ ਫੈਮਿਲੀ ਨੂੰ ਹੈਗੇ ਆ ਅਤੇ ਉਹ ਕੋਈ ਉਹਨਾਂ ਦਾ ਫਾਈਨੈਂਸ਼ੀਅਲ ਕ੍ਰਾਈਸਿਸ ਚੱਲਦੇ ਸੀਗੇ ਜਿਹਦੇ ਕਰਕੇ ਅਲਿਓਰ ਹੋ ਕੇ ਉਹਨਾਂ ਨੂੰ ਲਾਲਚ ਦਿੱਤਾ ਗਿਆ ਸੀ 10-15% ਜਿਹੜਾ ਅਸੀਂ ਤੁਹਾਨੂੰ ਦੇਵਾਂਗੇ ਜੇ ਤੁਸੀਂ ਸਾਡੇ ਨਾਲ ਇਹ ਕੰਮ ਦੇ ਵਿੱਚ ਸਾਡੇ ਨਾਲ ਸਾਡੀ ਹੈਲਪ ਕਰੋਗੇ। ਅਤੇ ਇਹੋ ਜਿਹੇ ਹੋਰ ਉਹਨਾਂ ਦੇ ਫਰੋਡ ਕਿਤੇ ਹੋਣਗੇ? ਬਿਲਕੁਲ ਜੀ, ਇਸ ਤਰ੍ਹਾਂ ਦੇ ਹੋਰ ਫਰੋਡ ਵੀ ਹੋ ਸਕਦੇ ਆ ਕਿਉਂਕਿ ਜਿੰਨੇ ਮਾਸਟਰ ਮਾਈਂਡ ਅਸੀਂ ਨੋਮੀਨੇਟ ਕਰ ਲਏ ਆ ਅਤੇ ਉਹਨਾਂ 'ਤੇ ਸਾਡੀਆਂ ਜਿਹੜੀਆਂ ਅਲੱਗ ਅਲੱਗ ਟੀਮਾਂ ਕੰਮ ਕਰ ਰਹੀਆਂ ਅਤੇ ਜਲਦੀ ਅਸੀਂ ਉਹਨਾਂ ਨੂੰ ਵੀ ਨਹੀਂ ਪੰਜਾਬ ਦਾ ਹਜੇ ਕੋਈ ਲਿੰਕ ਅਸਟੈਬਲਿਸ਼ ਨਹੀਂ ਹੋਇਆ ਹੈਗਾ। ਹੋਰ ਜਿਹੜੇ ਹਜੇ ਆਸਾਮ ਗੁਹਾਟੀ ਦਾ ਅਤੇ ਦਿੱਲੀ ਦਾ ਲਿੰਕ ਹੋਣ ਦੀ ਸੰਭਾਵਨਾ ਹੈਗੀ ਹੈ, ਉਹ ਅਸੀਂ ਲੱਗੇ ਹੋਏ ਹਾਂ ਵੀ ਜਿਹੜੇ ਕਾਲਰਸ ਆ ਉਹ ਹੋ ਸਕਦਾ ਵੀ ਦਿੱਲੀ ਤੋਂ ਜਿਹੜੇ ਕਾਲਸ ਕਰਦੇ ਹੋਣਗੇ ਕੋਈ ਕਾਲ ਸੈਂਟਰ ਟਾਈਪ, ਉਹਦੇ 'ਤੇ ਅਸੀਂ ਕੰਮ ਕਰ ਰਹੇ ਹਾਂ ਅਤੇ ਜਲਦੀ ਤੁਹਾਨੂੰ ਉਹਦੀ ਅਪਡੇਟ ਦੇਵਾਂਗੇ।